ਦਾਗੀ ਲੀਡਰਾਂ ਤੇ ਦਾਗੀ ਅਫਸਰਾਂ ਦਾ ਸਿਸਟਮ ਤਾਂ ਭੰਨਿਆ ਸੀ, ਦੁਬਾਰਾ ਉਹਨਾਂ ਨੂੰ ਲਿਆ ਕੇ ਉਹੀ ਸਿਸਟਮ ਖੜਾ ਨਹੀਂ ਕੀਤਾ ਗਿਆ। ਮੈਂ ਤੇ ਅੜੂ ਤੇ ਲੜੂ ਜਾਂਦਾ ਸਭ ਕੁਝ। ਤੇ ਹੁਣ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੇ ਵੀ ਰੇਡ ਦਾ ਬਰਕਰਾਰ ਹੈ। ਸਿੱਧੂ ਨੂੰ ਲੈ ਕੇ ਅਜੇ ਤੱਕ ਤਸਵੀਰ ਸਾਫ ਨਹੀਂ ਹੋਈ ਹੈ। ਸਿੱਧੂ ਦੇ ਘਰ ਮੀਟਿੰਗਾਂ ਦਾ ਦੌਰ ਪੂਰਾ ਦਿਨ ਜਾਰੀ ਰਿਹਾ। ਵੱਡੇ ਵੱਡੇ ਕਦਾਵਰ ਲੀਡਰ ਵੀ ਸਿੱਧੂ ਦੇ ਘਰ ਪਹੁੰਚ ਰਹੇ ਨੇ। ਸੀਐਮ ਚੰਨੀ ਨੇ ਅੱਜ ਐਡਵੋਕੇਟ ਜਨਰਲ ਅਤੇ ਨਵੇਂ ਡੀਜੀਪੀ ਦੇ ਨਾਲ ਮੁਲਾਕਾਤ ਕੀਤੀ। ਏਜੀ ਅਤੇ ਡੀਜੀਪੀ ਦੀ ਨਿਯੁਕਤੀ ਤੇ ਸਿੱਧੂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ, ਪਰ ਉਸ ਬਾਰੇ ਸਰਕਾਰ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਪਰ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਸੀਐਮ ਚੰਨੀ ਨੇ ਕਿਹਾ ਸੀ ਕਿ ਉਹ ਸਿੱਧੂ ਨਾਲ ਮੁਲਾਕਾਤ ਕਰ ਸਕਦੇ ਨੇ। ਹੁਣ ਇਹ ਮੁਲਾਕਾਤਾਂ ਕਦੋਂ ਹੁੰਦੀਆਂ ਨੇ ਤੇ ਅੱਜ ਹੁੰਦੀ ਹੈ ਜਾਂ ਕੱਲ ਹੁੰਦੀ ਹੈ ਜਾਂ ਦੇਰ ਰਾਤ ਹੁੰਦੀ ਹੈ, ਇਸ ਬਾਰੇ ਅਜੇ ਅਪਡੇਟ ਸਾਹਮਣੇ ਨਹੀਂ ਆਈ ਹੈ। ਪਰ ਅਜੇ ਤੱਕ ਸਿੱਧੂ ਦੀ ਨਾਰਾਜ਼ਗੀ ਬਰਕਰਾਰ ਹੈ। ਹੁੰਦਾ ਹੈ ਪਾਰਟੀ ਦਾ ਉਹ ਹੈਡ ਹੁੰਦਾ ਹੈ, ਤੋ ਹੈਡ ਨੇ ਪਰਿਵਾਰ ਮੇ ਬੈਠ ਕਰ ਆਪਣੀ ਮਜ਼ਬੂਤੀ ਸੇ ਬਾਤ ਰੱਖ ਕਰ ਆਪਣੀ ਬਾਤੋਂ ਕੋ ਆਗੇ ਲੇ ਕਰਾਉਣਾ ਹੁੰਦਾ ਹੈ। ਸੋ ਮੈਨੇ ਆਜ ਵੀ ਸਿੱਧੂ ਸਾਹਿਬ ਸੇ ਟੈਲੀਫੋਨ ਪੇ ਬਾਤ ਕੀ ਹੈ ਕਿ ਪਾਰਟੀ ਸੁਪਰੀਮ ਹੋਤੀ ਹੈ, ਸਰਕਾਰ ਪਾਰਟੀ ਕੀ ਆਈਡੀਓਲੋਜੀ ਕੋ ਮਾਨਤੀ ਹੈ ਔਰ ਉਸਕੇ ਉੱਪਰ ਚਲਤੀ ਹੈ। ਆਪ ਆਓ ਬੈਠ ਕਰ ਬਾਤ ਕਰੋ, ਜਿਸ ਤਰੀਕੇ ਸੇ ਆਪਕੋ ਕੋਈ ਗਲਤੀਆਂ ਲੱਗ ਰਹੀ ਹੈ ਉਹ ਪਹਿਲੇ ਵੀ ਆਪ ਕਰ ਸਕਦੇ ਹੋ, ਆਪ ਵੀ ਆਪ ਕਰ ਸਕਦੇ ਹੋ। ਚੰਡੀਗੜ੍ਹ ਤੋਂ ਬਿਊਰੋ ਰਿਪੋਰਟ, NC7 ਨਿਊਜ਼।